ਫਾਜ਼ਿਲਕਾ ਦੀ ਗੋਸ਼ਾਲਾ ਰੋਡ ਤੋਂ ਮੋਟਰਸਾਈਕਲ ਹੋਇਆ ਚੋਰੀ, ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਮੋਟਰਸਾਈਕਲ ਦਾ ਮਾਲਕ, ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੀ ਗੋਸ਼ਾਲਾ ਰੋਡ ਤੋਂ ਬੀਤੀ ਰਾਤ ਮੋਟਰਸਾਈਕਲ ਚੋਰੀ ਹੋ ਗਿਆ, ਜਿਸ ਤੋਂ ਬਾਅਦ ਮੋਟਰਸਾਈਕਲ ਦੇ ਮਾਲਕ ਵੱਲੋਂ ਥਾਣੇ ਪਹੁੰਚ ਕੇ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਦੇ ਮਾਲਕ ਨੇ ਦੱਸਿਆ ਕਿ ਉਹ ਟੈਲੀਕਾਮ ਦਾ ਕੰਮ ਕਰਦਾ ਹੈ ਅਤੇ ਉਹ ਗਊਸ਼ਾਲਾ ਰੋਡ ਤੇ ਇੱਕ ਟੈਲੀਕਾਮ ਵਾਲੀ ਦੁਕਾਨ ਤੇ ਗਿਆ ਸੀ, ਜਿੱਥੇ ਉਸਦੇ ਵੱਲੋਂ ਮੋਟਰਸਾਈਕਲ ਖੜਾ ਕੀਤਾ ਗਿਆ ਅਤੇ ਉਹ ਦੁਕਾਨ ਦੇ ਅੰਦਰ ਚਲਾ ਗਿਆ। ਲੇਕਿਨ ਜਦੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਗਾਇਬ ਹੋ ਚੁੱਕਿਆ ਸੀ, ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਉਹਨਾਂ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜੀ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਜਤ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਮੈਂ ਰਾਮ ਮੰਦਰ ਦੀ ਬੈਕ ਸਾਈਡ ਫਾਈਲ ਕਰ ਰਿਹਾ ਨਾਲ ਮੋਬਾਈਲ ਦੀ ਦੁਕਾਨ ਹੈ ਮੇਰੀ, ਜੈਸ਼ਰੀ ਅਲਮਾਨ ਟੈਲੀਕੋਮ। ਕੀ ਗੱਲਬਾਤ ਹੋਈ ਜੀ ਥਾਣੇ ਦੇ ਵਿੱਚ ਪਹੁੰਚੇ ਹੋ? ਮੈਂ ਅੱਜ ਬਿਜਲੀ ਦੀ ਦੁਕਾਨ ਤੇ ਮੋਬਾਈਲ ਦੀ ਦੁਕਾਨ ਤੇ ਗਿਆ, ਦਸ਼ਮੇਸ਼ ਆਟੋ ਪਾਸ ਦੇ ਸਾਹਮਣੇ ਮੋਬਾਈਲ ਦੀ ਦੁਕਾਨ ਹੈ, ਸਾਈ ਮੋਬਾਈਲ ਅੱਟ, ਉੱਥੇ ਗਿਆ ਸੀਗਾ। ਉੱਥੇ ਮੈਂ ਅੰਦਰ ਗਿਆ ਤੇ ਬਾਅਦ ਗੱਲਬਾਤ ਕਰਕੇ ਤੇ ਬਾਅਦ ਆਇਆ ਤੇ ਮੇਰਾ ਬਾਈਕ ਹੀ ਗਾਇਬ ਸੀਗਾ, ਉੱਥੇ ਬਾਈਕ ਚੋਰੀ ਹੋ ਗਿਆ ਮੇਰਾ। ਤੇ ਉਸ ਤੋਂ ਬਾਅਦ ਮੈਂ ਸੀਸੀਟੀਵੀ ਕੈਮਰੇ ਲੱਭਿਆ ਉੱਥੇ, ਵੇਖਿਆ ਉਹਨਾਂ 'ਚ, ਤੇ ਉਹਨਾਂ 'ਚ ਮੈਨੂੰ ਦੋ ਬੰਦਿਆਂ ਦਾ ਸ਼ੱਕ ਹੋਇਆ ਹੈਗਾ ਤੇ ਉਹਨਾਂ ਦੀ ਵੀਡੀਓ ਮੈਂ ਥਾਣਾ ਸਿਟੀ ਫਾਈਲ ਕਰ ਦੇ ਦਿੱਤੀ ਹੈ, FIR ਦੇ ਦਿੱਤੀ ਹੈ, ਮੈਂ ਉੱਥੇ ਕਰਵਾਤੀ ਹੈ ਤੇ ਹੁਣ ਵੇਖੋ ਕੀ ਕਾਰਵਾਈ ਹੁੰਦੀ ਹੈ। ਕਿੰਨੇ ਕੁ ਵਜੇ ਦਾ ਵਾਕਿਆ ਸੀ ਜਦੋਂ ਮੋਟਰਸਾਈਕਲ? ਇਹ 5 ਤੋਂ 5:30 ਵਜੇ ਦੇ ਵਿੱਚ ਵਿੱਚ ਦਾ ਵਾਕਿਆ ਜੀ। ਬੰਦਿਆਂ ਦੀ ਕੋਈ ਪਛਾਣ ਆ ਰਹੀ ਹੈ ਜੀ? ਬੰਦਿਆਂ ਦੀ ਪਛਾਣ ਜੀ, ਹੁਣ ਸੀਸੀਟੀਵੀ ਕੈਮਰੇ ਦੀ ਚੰਗੀ ਤਰ੍ਹਾਂ ਵੀਡੀਓ ਸਵੇਰੇ ਦੁਬਾਰਾ ਕੱਢਾਂਗੇ, HD ਕੱਢਾਂਗੇ, ਉੱਥੋਂ ਸਾਰੀ ਪਛਾਣ ਆਏਗੀ ਜੀ। ਤੇ ਹੁਣ ਪੁਲਿਸ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ? ਪੁਲਿਸ ਨੇ ਕਿਹਾ ਹੈ ਵੀ ਜਲਦੀ ਤੋਂ ਜਲਦੀ ਇਸ ਨੂੰ ਆਪਾਂ ਲੱਭ ਕੇ ਤੇ ਜਿਹੜਾ ਇਹ ਚੋਰੀ ਕੀਤਾ ਉਹਨਾਂ ਨੂੰ ਕਾਰਵਾਈ ਕਰਾਂਗੇ ਉਹਨਾਂ 'ਤੇ।